गाड़ी खड़ी करी है, उतरी हूँ मैं, मेरी बेटी अभी गाड़ी से उतर रही थी, मैं उतर के इधर आई हूँ जरा सा। तो ये दो खबर लेने लुधियाने तो दोस्तों नशियां दी पूर्ति लई अज दे नौजवान की कदम चकदे ने ਇਹ ਸਭ ਜਾਣਦੇ ਨੇ। ਕੋਈ ਘਰਾਂ ਦਾ ਸਮਾਨ ਵੇਚ ਦਿੰਦਾ ਹੈ, ਕੋਈ ਚੋਰੀਆਂ ਕਰਦਾ ਹੈ, ਕੋਈ ਡਕੈਤੀਆਂ ਕਰਦਾ, ਕੋਈ ਲੁੱਟਾਂ ਖੋਹਾਂ ਕਰਦਾ, ਸਿਰਫ ਜੇ ਉਹ ਇਹ ਸਭ ਕਰਦੇ ਨੇ ਤੇ ਆਪਣੇ ਨਸ਼ੇ ਨੂੰ ਪੂਰਾ ਕਰਨ ਵਾਸਤੇ। ਔਰ ਦੂਸਰੇ ਪਾਸੇ ਅੱਜ ਵੀ ਲੁਧਿਆਣੇ ਦੇ ਵਿੱਚ ਇੱਕ ਅਜਿਹੀ ਘਟਨਾ ਹੋਈ ਹੈ ਕਿ ਇੱਕ ਲੜਕਾ ਜਿਸਨੇ ਨਸ਼ਾ ਕੀਤਾ ਹੋਇਆ ਹੈ, ਲੇਕਿਨ ਉਸਦੇ ਹੀ ਦੋਸਤ ਨੇ ਉਸਨੂੰ ਕਿਹਾ ਕਿ ਔਰਤ ਜਦੋਂ ਵੀ ਗੱਡੀ 'ਚੋਂ ਉਤਰੇ ਤੂੰ ਇਸ ਦਾ ਪਰਸ ਖੋਲ੍ਹ ਲਵੀਂ, ਮੈਂ ਮੋਟਰਸਾਈਕਲ ਲੈ ਕੇ ਆ ਜਾਵਾਂਗਾ ਅਤੇ ਤੂੰ ਮੋਟਰਸਾਈਕਲ 'ਤੇ ਬੈਠ ਜਾਵੀਂ। ਉਹਨੇ ਬਿਲਕੁਲ ਨਸ਼ੇ ਦੀ ਹਾਲਤ ਵਿੱਚ, ਉਸ ਲੜਕੇ ਦੇ ਕਹਿਣ ਮੁਤਾਬਕ ਕਿ ਨਸ਼ੇ ਦੀ ਹਾਲਤ ਵਿੱਚ ਮੈਂ ਉਸ ਔਰਤ ਦਾ ਪਰਸ ਖੋਇਆ, ਵਿੱਚੋਂ ਗੱਡੀ ਦਿਓ ਉਸਦੀ ਲੜਕੀ ਉਤਰੀ, ਉਹ ਆਪ ਵੀ ਗਿਰੀ ਅਤੇ ਮੈਂ ਵੀ ਗਿਰ ਗਿਆ, ਜਿਸ ਕਰਕੇ ਇਹਨਾਂ ਲੋਕਾਂ ਨੇ ਮੈਨੂੰ ਪਕੜ ਲਿਆ। ਪੁਲਿਸ ਨੂੰ ਬੁਲਾਇਆ ਗਿਆ ਔਰ ਉਸ ਤੋਂ ਬਾਅਦ ਕੀ ਹੋਇਆ ਪਹਿਲਾਂ ਵੇਖੋ ਤੁਸੀਂ ਪੂਰੀ ਖਬਰ। ਗਾੜੀ ਖੜੀ ਕਰੀ ਹੈ, ਉਤਰੀ ਹੂੰ ਮੈਂ, ਮੇਰੀ ਬੇਟੀ ਅਭੀ ਗਾੜੀ ਸੇ ਉਤਰ ਰਹੀ ਥੀ, ਮੈਂ ਉਤਰ ਕੇ ਇਧਰ ਆਈ ਹੂੰ ਜ਼ਰਾ ਸਾ। ਤੋ ਯੇ ਦੋ ਲੋਗ ਯਹਾਂ ਖੜੇ ਥੇ, ਤੋ ਮੈਨੇ ਸੋਚਾ ਕਿ ਇਸਨੇ ਬਾਈਕ ਲਗਾਨੀ ਹੈ ਅਪਨੀ ਉਧਰ ਜਾ ਕੇ। ਇਤਨੇ ਮੈਂ ਯੇ ਮੇਰਾ ਯੇ ਖੇਚੇ ਸੇ ਮੇਰਾ ਪਰਸ ਔਰ ਯੇ ਦੋਨੋਂ ਖੇਚ ਲੀਏ ਇਸਨੇ ਹੱਥ ਸੇ। ਮੇਰੀ ਬੇਟੀ ਯਹਾਂ ਸੇ ਉਤਰੀ, ਇਸਕੇ ਪੀਛੇ ਭਾਗੀ ਇਧਰ, ਯੇ ਵੀ ਸੜਕ ਪੇ ਗਿਰ ਗਈ, ਇਸਕੋ ਵੀ ਗੇਰਾ ਸੜਕ ਪੇ। ਤੋ ਯੇ ਪਕੜਾ ਗਿਆ, ਮੈਂ ਚੀਕੀ ਹੂੰ, ਫਿਰ ਸਭ ਲੋਗ ਇਕੱਠੇ ਹੋਏ ਆਏ ਹੈਂ ਯਹਾਂ ਪੇ, ਯੇ ਪਰਸ ਲੇ ਕੇ ਇਸਕਾ ਬੈਲਟ ਬੈਲ ਸਭ ਟੂਟ ਗਏ ਪਰਸ ਕੇ। ਕੁਮਾਰ ਬਾਬਾ ਵਾਲਾ ਨਾਮ ਹੈ ਉਹ ਹੈ ਬੋ ਵਾਲੀ ਅਗਲੇ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ, ਇਹ ਜੀ ਸਨੈਚਿੰਗ ਨੂੰ ਫੇਲ ਕਰਕੇ ਪਕੜ ਲਿਆ ਗਿਆ ਜੀ, ਹੁਣ 5 ਨੰਬਰ ਡਿਵੀਜ਼ਨ ਥਾਣੇ ਦੇ ਅੰਦਰ ਬਾਕੀ ਪੁੱਛਗਿੱਛ ਉੱਥੇ ਕਰ ਲਿਆ, ਕਿਉਂਕਿ ਹੁਣ ਚੈੱਕਅਪ ਹੋਊਗਾ, ਦੇਖ ਲਾਂਗੇ ਜੀ ਕੀ ਕੀਤਾ। ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਔਰ ਦੋਸਤੋ ਜੇ ਆਪਾਂ ਆਖਿਰ ਦੇ ਵਿੱਚ ਇਹੀ ਗੱਲ ਕਰੀਏ ਕਿ ਪੰਜਾਬ ਦੇ ਨੌਜਵਾਨ ਅੱਜ ਸੱਚਮੁੱਚ ਇਹਨਾਂ ਨਸ਼ਿਆਂ ਦੇ ਵਿੱਚ ਇਸ ਕਦਰ ਆਪਣੇ ਆਪ ਨੂੰ ਡੋਬੀ ਬੈਠੇ ਨੇ ਕਿ ਇਹਨਾਂ ਦਾ ਨਿਕਲਣਾ ਜੇ ਸੰਭਵ ਹੈ ਤਾਂ ਸਿਰਫ ਇਹਨਾਂ ਨੂੰ ਚੰਗੀ ਗਾਈਡੈਂਸ ਮਿਲੇ, ਇਹਨਾਂ ਨੂੰ ਰੁਜ਼ਗਾਰ ਮਿਲੇ, ਤਾਂ ਹੀ ਇਹ ਲੋਕ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਬਾਹਰ ਨਿਕਲ ਸਕਦੇ ਨੇ। ਏਵਨ ਪੰਜਾਬੀ ਚੈਨਲ ਲਈ ਬਿਊਰੋ ਰਿਪੋਰਟ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫ੍ਰੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ, ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫ੍ਰੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫ੍ਰੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਰਿਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ
ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।